ਹਾਂਜੀ ਸਤਿ ਸ਼੍ਰੀ ਅਕਾਲ ਗਾਇਜ਼, ਕੀ ਹਾਲ ਚਾਲ ਹੈ। ਮੇਰਾ ਨਾਮ ਹਰਿੰਦਰ ਸਿੰਘ, ਤੁਸੀਂ ਦੇਖ ਰਹੇ ਹੋ ਹਰਿੰਦਰ ਰੱਤੋ ਯੂਟਿਊਬ ਚੈਨਲ। ਸੋ ਅੱਜ ਆਪਾਂ ਬਹੁਤ ਟਾਈਮ ਬਾਅਦ ਵਲੌਗ ਸ਼ੂਟ ਕਰਨ ਲੱਗੇ ਹਾਂ ਜੀ, ਛੋਟਾ ਜਿਹਾ। ਅਤੇ ਮੈਂ ਘਰੇ ਆਇਆ ਸੀਗਾ, ਮੈਂ ਸੋਚਿਆ ਵੀ ਅੱਜ ਇੱਕ ਛੋਟੀ ਜਿਹੀ ਆਪਾਂ ਵੀਡੀਓ ਬਣਾਉਂਦੇ ਹਾਂ। ਮੈਂ ਤੁਹਾਨੂੰ ਦਿਖਾਵਾਂ ਵੀ ਮੈਗੀ ਕਿੱਡੀ ਕੁ ਵੱਡੀ ਹੋ ਗਈ। ਜਿਹਨੂੰ ਨਹੀਂ ਪਤਾ ਮੈਂ ਤੁਹਾਨੂੰ ਦੱਸ ਦਿੰਦਾ ਵੀ ਮੈਗੀ ਮੇਰੇ ਡੌਗ ਦਾ ਨਾਮ ਆ। 7-8 ਮਹੀਨੇ ਪਹਿਲਾਂ ਮੈਂ ਉਹਨੂੰ ਲੈ ਕੇ ਆਇਆ ਸੀਗਾ, 1 ਮੰਥ ਦੀ ਸੀਗੀ ਉਦੋਂ, 30 ਦਿਨ ਆਪਣੀ 25-30 ਦਿਨ ਦੀ ਸੀਗੀ ਉਦੋਂ। ਅਤੇ ਹੁਣ ਮੈਂ ਤੁਹਾਨੂੰ ਜੀ ਗਰੋਥ ਦਿਖਾਉਣਾ ਕਿੱਡੀ ਕੁ ਵੱਡੀ ਹੋ ਗਈ। ਅਤੇ ਜਿਹੜੀ ਆ ਵੀਡੀਓ ਰਿਕਾਰਡ ਕਰ ਰਿਹਾ ਮੈਂ ਆਪਣੇ ਨਿਊ ਡਿਵਾਈਸ ਨਾਲ ਕਰ ਰਿਹਾ ਜੀ। ਪਹਿਲਾਂ ਮੈਂ ਕੋਲ ਸੀਗਾ ਐਂਡਰੋਇਡ ਫੋਨ S9 Plus ਸੈਮਸੰਗ ਦਾ, ਅਤੇ ਹੁਣ ਜਿਹੜਾ ਫੋਨ ਮੈਂ ਯੂਜ਼ ਕਰ ਰਿਹਾ ਹੈਗਾ ਏ iPhone 13। ਅਤੇ ਇਹਦੇ ਵਿੱਚ ਮੈਂ ਰਿਕਾਰਡ ਕਰ ਰਿਹਾ ਵੀਡੀਓ 60 ਫਰੇਮ ਦੇ ਉੱਤੇ 4K ਵੀਡੀਓ ਰਿਕਾਰਡ ਕਰ ਰਿਹਾ। ਅਤੇ ਮੈਨੂੰ ਜ਼ਰੂਰ ਦੱਸਿਓ ਵੀ ਤੁਹਾਨੂੰ ਕੁਆਲਿਟੀ ਕਿਵੇਂ ਲੱਗੀ, ਅਤੇ ਉਹ ਸਟਾਰਟ ਕਰਦੇ ਹਾਂ ਵੀਡੀਓ ਨੂੰ। ਅਤੇ ਅੱਜ ਤੁਹਾਨੂੰ ਮੈਗੀ ਨਾਲ ਮਿਲਾਉਂਦੇ ਹਾਂ ਹੁਣ ਕਿੱਡੀ ਕੁ ਵੱਡੀ ਹੋ ਗਈ ਮੈਗੀ। ਪਹਿਲਾਂ ਤੁਹਾਨੂੰ ਪਤਾ ਵੀ ਜਦੋਂ ਲੈ ਕੇ ਆਉਂਦੀ ਸੀਗੀ ਛੋਟੀ ਜਿਹੀ ਸੀ, ਬਿਲਕੁਲ ਛੋਟਾ ਜਿਹਾ ਪੱਪੀ ਸੀਗਾ ਜਦੋਂ ਤੁਹਾਨੂੰ ਮੈਂ ਵੀਡੀਓ ਬਣਾ ਕੇ ਦਿਖਾਈ ਸੀਗੀ ਲਾਸਟ ਵੀਡੀਓ ਦੇ ਵਿੱਚ, 2 ਜਾਂ 2.5 ਮੰਥ ਦੀ ਹੋਣੀ ਆ। ਬਟ ਹੁਣ ਉਹ ਕਾਫੀ ਵੱਡੀ ਹੋ ਚੁੱਕੀ ਆ, ਅਤੇ ਯੂ ਵਿਲ ਬੀ ਸਰਪ੍ਰਾਈਜ਼ਡ। ਆ ਜਾਓ ਲਓ ਜੀ, ਮਿਲੋ ਮੈਗੀ ਨੂੰ। ਇਹ ਆਪਣੀ ਮੈਗੀ ਆ, ਇਹ ਘੱਟੋ ਘੱਟ ਹੁਣ 10-11 ਮੰਥ ਦੀ ਹੋ ਚੁੱਕੀ ਆ, ਅਤੇ ਜਦੋਂ ਮੈਂ ਲਾਸਟ ਵੀਡੀਓ ਵਿੱਚ ਤੁਹਾਨੂੰ ਦਿਖਾਈ ਸੀ ਉਦੋਂ ਛੋਟੀ ਸੀਗੀ ਕਾਫੀ, ਹੁਣ ਕਾਫੀ ਵੱਡੀ ਹੋ ਚੁੱਕੀ ਆ। ਅਤੇ ਤੁਸੀਂ ਦੇਖ ਸਕਦੇ ਹੋ ਪੂਰੀ ਗਰੋਨ ਅਪ ਹੋ ਚੁੱਕੀ ਆ ਆਲਮੋਸਟ, ਅਤੇ ਬਾਲ ਵੀ ਹੁਣ ਇਹਦੇ ਅੱਗੇ ਨਾਲੋਂ ਕਾਫੀ ਜ਼ਿਆਦਾ ਹੋਰ ਜ਼ਿਆਦਾ ਆ ਗਏ, ਅਤੇ ਤਕੜੀ ਵੀ ਹੋ ਗਈ ਅੱਗੇ ਨਾਲੋਂ ਕਾਫੀ। ਅਤੇ ਦੇਖੋ ਹੁਣ ਛਾਲਾਂ ਵੀ ਪੂਰੀਆਂ ਮਾਰਦੀ ਆ, ਬਾਹਰ ਬੰਨੀ ਹੋਈ ਸੀਗੀ, ਦੇਖੋ ਨੱਕ ਵੀ ਲਬੇੜੀ ਫਿਰਦੀ ਆ ਮਿੱਟੀ ਨਾਲ। ਮੈਗੀ ਹੈਲੋ ਕਰ ਸਭ ਨੂੰ, ਪੁੱਤ ਹੈਲੋ ਕਰ, ਹੈਲੋ ਕਰ, ਹੈਲੋ ਕਰ ਦਿਓ। ਵੈਰੀ ਗੁੱਡ, ਨਾਈਸ। ਇਹ ਬਹੁਤ ਜ਼ਿਆਦਾ ਸਾਊ ਨਸਲ ਆ, ਇਹ ਵੜਦੀ ਨਹੀਂ ਕਿਸੇ ਨੂੰ ਵੀ, ਬਸ ਭੌਂਕਦੀ ਭੌਂਕਦੀ ਹੈਗੀ ਆ ਬਾਹਰ ਜਦੋਂ ਦਰਵਾਜ਼ੇ ਦਾ ਖੜਕਾ ਖੁੜਕਾ ਹੁੰਦਾ ਹੈ ਨਾ ਉਦੋਂ ਭੌਂਕਦੀ ਆ, ਅਤੇ ਹੋਰ ਵੀ ਜਦੋਂ ਇਹਨੂੰ ਕੋਈ ਡਿਫਰੈਂਟ ਚੀਜ਼ ਦਿਖਦੀ ਆ ਉਹਨੂੰ ਭੌਂਕਦੀ ਆ। ਅਤੇ ਵੈਸੇ ਇਹ ਫਰੈਂਡਲੀ ਡੌਗ ਹੁੰਦੇ ਆ ਕਾਫੀ ਜ਼ਿਆਦਾ, ਅਤੇ ਜਿਹੜਾ ਤਾਂ ਫਾਰਾ ਹੁਣ ਅੱਗੇ ਨਾਲੋਂ ਜ਼ਿਆਦਾ ਡੈਂਸ ਹੁੰਦਾ ਜਾਂਦਾ ਏ, ਇਹਦੇ ਵਾਲ ਉਮਰ ਦੇ ਨਾਲ ਨਾਲ ਹੋਰ ਜ਼ਿਆਦਾ ਵੱਧ ਜਾਣੇ ਆ, ਜ਼ਿਆਦਾ ਹੋ ਜਾਣੇ ਆ, ਗਰਦਨ ਦੇ ਵਾਲ ਵੀ ਜ਼ਿਆਦਾ ਲੰਬੇ ਹੋ ਜਾਣੇ ਆ, ਇਹਦਾ ਰੰਗ ਵੀ ਡਾਰਕ ਹੋ ਜਾਣਾ ਹੋਰ ਜ਼ਿਆਦਾ। ਜਦੋਂ ਲਿਆਂਦੀ ਸੀ ਉਦੋਂ ਕਾਫੀ ਜ਼ਿਆਦਾ ਲਾਈਟ ਸੀ ਇਹਦਾ ਕਲਰ, ਹੁਣ ਜਿਉਂ ਜਿਉਂ ਏਜ ਵੱਧਦੀ ਜਾਂਦੀ ਆ ਰੰਗ ਵੀ ਇਹਦਾ ਕਾਫੀ ਡਾਰਕ ਹੋ ਜਾਣਾ। ਉਹ ਰਿਹਾ ਅਤੇ ਜਿਹੜੀ ਇਹਦੀ ਪਹਿਲਾਂ ਪਾਇਆ ਹੋਇਆ ਸੀਗਾ ਆਪਾਂ ਨੇ ਪਟਾ ਪਾਇਆ ਹੋਇਆ ਸੀਗਾ, ਇਹਨੇ ਕੱਟਤਾ ਦੰਦਾਂ ਨਾਲ ਵੜਤਾ, ਅਤੇ ਹੁਣ ਇਹਦੇ ਆਹ ਪਾਈ ਆ ਲੋਹੇ ਦੀ ਸੰਗਲੀ ਪਾਈ ਆ। ਚੱਲ ਚੱਲ ਚਲੀਏ, ਘੁੰਮ ਕੇ ਬਾਹਰ ਦੇਖ ਸਕਦੇ ਹੋ ਪੂਰੀ ਗਰੋਨ ਅਪ ਹੋ ਚੁੱਕੀ ਆ, ਹੁਣ ਬਾਹਰ ਜਾ ਕੇ ਦਿਖਾਉਣਾ। ਕਿੱਥੇ ਜਾਣਾ, ਕਿੱਥੇ ਜਾਣਾ ਏ, ਕਿੱਥੇ ਜਾਣਾ? ਉਰਿਆ, ਹਲੇ ਨਹੀਂ ਜਾਣਾ ਬਾਹਰ, ਉਰਿਆ ਚੱਲ, ਹੱਸ ਕੇ ਦਿਖਾ, ਹੱਸ ਕੇ ਦਿਖਾ, ਚੱਲ ਹੱਸ ਕੇ ਦਿਖਾ ਦੇ। ਉਰਿਆ 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 ਦੇਖੋ ਕਲਰ, ਦੇਖੋ ਇਹਦਾ ਕਿੰਨਾ ਸੋਹਣਾ ਏ, ਅਤੇ ਨਾਲ ਨਾਲ ਮੈਨੂੰ ਕੈਮਰੇ ਦੀ ਕੁਆਲਿਟੀ ਵੀ ਜ਼ਰੂਰ ਦੱਸਿਓ ਵੀ ਕਿੱਦਾਂ ਦੀ ਰਿਕਾਰਡ ਕਰ ਰਿਹਾ ਵੀਡੀਓ ਫੋਨ। ਚੱਲ ਬਸ ਚੱਲ, ਦਿਖਾ ਮੂੰਹ, ਦਿਖਾ ਆਪਣਾ ਮੂੰਹ, ਦਿਖਾ ਸਭ ਨੂੰ ਮੂੰਹ, ਦਿਖਾ ਇੱਧਰ ਦੇਖ, ਇੱਧਰ ਦੇਖ। ਮੈਂ ਤੁਹਾਨੂੰ ਦੱਸਦਾ ਵੀ ਆਪਾਂ ਇਹਨੂੰ ਕਿੱਦਾਂ ਕਿੱਦਾਂ ਕਿੱਥੇ ਬੰਨ ਕੇ ਰੱਖਦੇ ਹਾਂ ਜਾਂ ਕੀ ਸਿਸਟਮ ਆ। ਫਿਲਹਾਲ ਇਹਨੂੰ ਇੱਥੇ ਬੰਨਿਆ ਹੁੰਦਾ ਆਪਾਂ ਨੇ ਦਿਨ ਦੇ ਵਿੱਚ ਆਹ ਜਗ੍ਹਾ ਖਾਲੀ ਹੁੰਦੀ ਕਿਉਂਕਿ ਗੱਡੀ ਮੈਂ ਲੈ ਜਾਂਦਾ ਏ, ਹਫ਼ਤੇ ਬਾਅਦ ਮੈਂ ਲੈ ਕੇ ਆਉਂਦਾ, ਅਤੇ ਆਹ ਜਗ੍ਹਾ ਸਾਰੀ ਖਾਲੀ ਹੁੰਦੀ ਹੈ, ਇਹਨੂੰ ਬੰਨਿਆ ਹੁੰਦਾ ਦਿਨ ਦੇ ਵਿੱਚ। ਅਤੇ ਰਾਤ ਨੂੰ ਤੁਹਾਨੂੰ ਪਤਾ ਵੀ ਠੰਡ ਕਾਫੀ ਜ਼ਿਆਦਾ ਹੁੰਦੀ ਆ ਹੁਣ, ਤਾਂ ਕਰਕੇ ਰਾਤ ਨੂੰ ਇਹਨੂੰ ਆਪਾਂ ਨੇ ਅੰਦਰ ਬੰਨਦੇ ਹਾਂ ਇਹਨੂੰ, ਇੱਥੇ ਰਾਤ ਨੂੰ ਆਪਾਂ ਇਹਨੂੰ ਇੱਥੇ ਬੰਨਦੇ ਹਾਂ ਇਸ ਜਗ੍ਹਾ ਦੇ ਉੱਤੇ, ਗੱਦਾ ਵਗੈਰਾ ਰੱਖ ਕੇ ਨੀਚੇ ਉਹਦੇ ਉੱਤੇ ਬੈਠੀ ਰਹਿੰਦੀ ਹੈ ਆਰਾਮ ਨਾਲ, ਠੀਕ ਹੈ, ਅਤੇ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ। ਮੈਂ ਵੀ ਦੱਸ ਦਿੰਦਾ ਵੀ ਆਪਾਂ ਇਹਨੂੰ ਜਿਹੜੀ ਡਾਇਟ ਵਗੈਰਾ ਇਹਦੀ ਕੀ ਫੋਲੋ ਕਰ ਰਹੇ ਹਾਂ ਹੈ ਨਾ। ਫਿਲਹਾਲ ਤੁਸੀਂ ਦੇਖਿਆ ਹੋਣਾ ਵੀ ਕਾਫੀ ਜ਼ਿਆਦਾ ਗਰੋ ਹੋ ਚੁੱਕੀ ਆ, ਇਹ ਤਕੜੀ ਵੀ ਵਧੀਆ ਹੋਈ ਹੋਈ ਆ, ਮਾਸ ਵਗੈਰਾ ਵੀ ਇਹਨੇ ਕਾਫੀ ਗੇਨ ਕੀਤਾ ਏ। ਅਤੇ ਮੈਂ ਦੱਸ ਦਿੰਦਾ ਇੱਕ ਵਾਰੀ ਵੀ ਆਪਾਂ ਡਾਇਟ ਕੀ ਫੋਲੋ ਕੀਤੀ ਇਹਦੇ ਲਈ ਹੈ ਨਾ। ਅਤੇ
ਆਪਾਂ ਕੋਈ ਜ਼ਿਆਦਾ ਐਕਸਟਰਾਡਰੀ ਕੋਈ ਡਾਇਟ ਫੋਲੋ ਨਹੀਂ ਕਰ ਰਹੇ ਹੈਗੇ, ਸਿੰਪਲ ਬਸ ਉਹੀ ਜਿਹੜਾ ਹੁੰਦਾ ਏ ਰੋਟੀ ਦੁੱਧ ਹੋ ਗਿਆ, ਦਹੀਂ ਹੋ ਗਿਆ, ਹੈ ਨਾ, ਲੱਸੀ ਹੋ ਗਈ, ਅਤੇ ਇਹ ਚੀਜ਼ਾਂ ਆਪਾਂ ਇਹਨੂੰ ਦਿੰਦੇ ਹਾਂ। ਅਤੇ ਦੂਜਾ ਜਿਹੜਾ ਆਪਣਾ ਪੈਡੀਗਰੀ ਦੀਆਂ ਆਉਣੀਆਂ ਏ ਛੋਟੀ ਛੋਟੀ ਗੋਲੀਆਂ ਜੀਆਂ, ਉਹ ਆਪਾਂ ਦਿੰਦੇ ਹਾਂ ਇਹਨੂੰ। ਕਈ ਵਾਰੀ ਰੋਟੀ ਦੇ ਨਾਲ ਦੁੱਧ ਵਿੱਚ ਹੀ ਪਾ ਦੇਈਦੀ ਆ, ਕਈ ਵਾਰੀ ਉਹਨੂੰ ਅਲੱਗ ਤੋਂ ਇਕੱਲੀ ਪੈਡੀਗਰੀ ਦਿੰਦੇ ਹਾਂ। ਮੈਂ ਦਿਖਾ ਦੇਣਾ ਤੁਹਾਨੂੰ, ਆ ਜਾਓ ਆਹ ਦੇਖੋ, ਇਹ ਪੈਡੀਗਰੀ ਆ ਕੋਈ ਸਿੰਪਲ ਆਪਣੀ ਇਹ ਚੀਜ਼ ਆ, ਹੈ ਨਾ, ਅਡਲਟ ਕੁੱਤਿਆਂ ਵਾਸਤੇ ਆ। ਆਪਾਂ ਇਹਨੂੰ ਪਾਉਂਦੇ ਹਾਂ ਜਿਹੜੀ ਆਹ ਚੀਜ਼ ਆ, ਆਹ ਪਾ ਵੀ ਦਿੰਦੇ ਹਾਂ ਥੋੜ੍ਹੀ ਜਿਹੀ। ਅਤੇ ਇਹਨੂੰ ਖਾ ਕੇ ਬਹੁਤ ਜ਼ਿਆਦਾ ਖੁਸ਼ ਹੁੰਦੀ ਆ ਇਹ, ਜਦੋਂ ਵੀ ਇਹਦੀ ਸਮੈਲ ਆਉਂਦੀ ਆ ਇਹਨੂੰ ਛਾਲਾਂ ਮਾਰਨ ਲੱਗ ਜਾਂਦੀ ਆ। ਤਾਂ ਮਤਲਬ ਕੁੱਤੇ ਨੂੰ ਉਹੀ ਚੀਜ਼ ਦੇਣੀ ਚਾਹੀਦੀ ਆ ਜਿਹਨੂੰ ਖਾ ਕੇ ਉਹ ਖੁਸ਼ ਆ, ਠੀਕ ਆ। ਅਤੇ ਇਹਨੂੰ ਖਾ ਕੇ ਇਹ ਬਹੁਤ ਜ਼ਿਆਦਾ ਖੁਸ਼ ਹੁੰਦੀ ਆ। ਦੇਖੋ ਟਾਈਮ ਨਹੀਂ ਲੱਗਣ ਦਿੰਦੀ ਇਹਨੂੰ ਖਤਮ ਹੋਣ ਨੂੰ। ਚਲੋ ਜੀ ਖੰਮ, ਖੁਸ਼ ਹਾਂ, ਹੈਪੀ ਹੈਪੀ ਹਾਂ। ਦਿਖਾ ਇਧਰ ਮੂੰਹ ਕਰ, ਫਿਰ ਇੱਧਰ ਮੂੰਹ ਕਰਕੇ ਹੱਸ ਕੇ ਦਿਖਾ ਫਿਰ ਜੀ, ਹੈਪੀ ਹਾਂ। ਦਿਖਾ ਇੱਧਰ, ਚਲੋ ਠੀਕ ਹੈ ਜੀ। ਮੈਂ ਹੋਪ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਣੀ ਹੈ। ਤੁਹਾਨੂੰ ਆਪਣੀ ਮੈਗੀ ਨਾਲੇ ਮਿਲਾਉਣਾ ਸੀਗਾ ਵੀ ਕਿੱਡੀ ਕੁ ਵੱਡੀ ਹੋ ਗਈ ਉਹ। ਅਤੇ ਅਗਰ ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜੀ। ਵੀਡੀਓ ਨੂੰ ਲਾਈਕ ਅਤੇ ਕਮੈਂਟ ਜ਼ਰੂਰ ਕਰਿਓ, ਅਤੇ ਮਿਲਦੇ ਹਾਂ ਫਿਰ ਕਿਸੇ ਹੋਰ ਵੀਡੀਓ ਵਿੱਚ। ਅਤੇ ਤਦ ਤੱਕ ਲਈ ਟੇਕ ਕੇਅਰ।